ਪਹਿਲੀ ਵਾਰੀ ਆਪਾਂ ਰੋਲਸ ਰੋਇਸ ਜਿਹੜੀ ਆ ਆਪਾਂ ਕੋਟ ਕਰ ਰਹੇ ਹਾਂ। ਹਾਂਜੀ, ਤੇ ਉਹਨਾਂ ਨੇ ਸਾਡੇ ਬਾਰੇ ਸੁਣਿਆ, ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗਾ ਤੇ ਅਸੀਂ ਫਿਰ ਕੋਲੈਬੋਰੇਟ ਕੀਤਾ। ਇਹ ਭਾਜੀ ਗੋਸਟ ਹੈ, ਗੋਸਟ ਹੈ ਹਨਾ, ਵੈਸੇ ਜ਼ਿਆਦਾ ਉਹੀ ਚੱਲਦੇ। ਥੋੜਾ ਜਿਹਾ ਚੈਲੰਜਿੰਗ ਇਹ ਹੁੰਦਾ ਹੈ ਕਿ ਬਈ ਕੁਝ ਐਸਾ ਮਿਸਹੈਪ ਨਾ ਹੋ ਜਾਏ ਜਿਹਦੇ ਕਾਰਨ ਉਹਦਾ ਨੁਕਸਾਨ ਹੋ ਜਾਏ, ਕਿਉਂਕਿ ਮਹਿੰਗਾ ਬਹੁਤ ਹੈ। ਸਾਡੇ ਕੋਲ ਸਿਰਾਮਿਕ ਵੀ ਹੈ, ਸਾਡੇ ਕੋਲ ਗ੍ਰੇਫੀਨ ਵੀ ਹੈ, PPF ਵੀ ਬਹੁਤ ਸਾਰੀ ਕੁਆਲਿਟੀਜ਼ ਆਉਂਦੀਆਂ, 5 ਸਾਲ ਦੀ ਵਾਰੰਟੀ ਦੇ ਨਾਲ, 10 ਸਾਲ ਦੀ ਵਾਰੰਟੀ ਦੇ ਨਾਲ, ਸਾਰੀਆਂ ਅਵੇਲੇਬਲ। ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ, ਉਮੀਦ ਆ ਸਾਰੇ ਵਧੀਆ ਹੋਣਗੇ। ਮੈਂ ਹੈਗਾ ਦਿਆਕਰਨ, ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ। ਤੁਹਾਡੇ ਵਾਸਤੇ ਅਸੀਂ ਸਪੈਸ਼ਲ ਕੰਟੈਂਟ ਲੈ ਕੇ ਆਉਂਦੇ ਰਹਿੰਦੇ ਹਾਂ। ਫਿਲਹਾਲ ਮੈਂ ਖੜ੍ਹਾ ਡਿਟੇਲਿੰਗ ਬੁੱਲ ਮੁਹਾਲੀ। ਵੈਸੇ ਤਾਂ ਡਿਟੇਲਿੰਗ ਬੁੱਲ ਖੁਦ ਆਪਣੇ ਆਪ 'ਚ ਬਹੁਤ ਤਕੜਾ ਬ੍ਰਾਂਡ ਹੈ, ਅਤੇ ਬਾਈ ਵੈਲਕਮ ਅਗੇਨ, ਥੈਂਕ ਯੂ। ਰੋਇਲ ਲਿਮੋ ਨਾਲ ਸਾਡੀ ਕਲੈਬੋਰੇਸ਼ਨ ਚੱਲ ਰਹੀ ਹੈ, ਰੋਇਲ ਲਿਮੋਸ ਪਲੱਸ ਡਿਟੇਲਿੰਗ ਬੁੱਲ, ਕਿਉਂਕਿ ਦੋਵੇਂ ਇੱਕ ਲਗਜ਼ਰੀ ਬ੍ਰਾਂਡ ਨੇ, ਠੀਕ ਹੈ, ਕਿਉਂਕਿ ਉਹਨਾਂ ਕੋਲ ਵੀ ਸਾਰੇ ਲਗਜ਼ਰੀ ਸੈਗਮੈਂਟ ਵਗੈਰਾ ਤੁਹਾਨੂੰ ਰੈਂਟਲ 'ਤੇ ਮਿਲ ਜਾਂਦਾ ਹੈ। ਅਤੇ ਇਹ ਉਹਨਾਂ ਦੀ ਰੋਲਸ ਰੋਇਸ ਹੈ, ਉਹਨਾਂ ਕੋਲ ਵੈਸੇ 2 ਰੋਲਸ ਰੋਇਸ ਨੇ ਅਵੇਲੇਬਲ ਨੇ, ਹੋਰ ਜੀ ਵੈਗਨਸ ਨੇ, ਰੇਂਜ ਰੋਵਰਸ ਨੇ, ਮਸਟੈਂਗ ਵਗੈਰਾ ਸਾਰਾ ਕੁਝ ਮਿਲ ਜਾਂਦਾ ਹੈ। ਅਤੇ ਬਾਈ ਉਹਨਾਂ ਦੀ ਆਲਵੇਜ਼ ਇੱਦਾਂ ਡਿਮਾਂਡ ਰਹਿੰਦੀ ਸੀ ਕਿ ਬਾਈ ਗੱਡੀਆਂ ਸਾਂਭੀਆਂ ਕਿਵੇਂ ਰੱਖ ਸਕਦੀਆਂ, ਅਤੇ ਡਿਟੇਲਿੰਗ ਬੁੱਲ ਦੋ ਉੱਤੋਂ ਤਾਂ ਕੁਛ ਵੀ ਨਹੀਂ ਹੈਗਾ, ਕਿਉਂਕਿ ਇਹ ਵੀ ਗੱਡੀਆਂ ਦੀ ਕੇਅਰ ਕਰਨ ਵਾਸਤੇ ਤੁਹਾਡੇ ਨਾਲ ਜੁੜੇ ਹੋਏ ਨੇ, ਹਨਾ ਬਾਈ। ਅਤੇ ਬਾਈ ਅੱਜ ਇਹ ਕਿਵੇਂ ਸਬੱਬ ਬਣਿਆ ਕਿ ਆਪਣੇ ਕੋਲ ਆਈ ਥਿੰਕ ਪਹਿਲੀ ਵਾਰੀ ਆਪਾਂ ਰੋਲਸ ਰੋਇਸ ਜਿਹੜੀ ਆਪਾਂ ਕੋਟ ਕਰ ਰਹੇ ਹਾਂ? ਹਾਂਜੀ, ਤਾਂ ਭਾਈ ਦੇਖੋ, ਵੈਸੇ ਲਗਜ਼ਰੀ ਸੈਗਮੈਂਟ ਦੀ ਗੱਡੀਆਂ ਅਸੀਂ ਕਾਫੀ ਕੋਟ ਕਰਦੇ ਰਹਿੰਦੇ ਹਾਂ, ਬਟ ਅਗਰ ਤੁਸੀਂ ਰੋਲਸ ਰੋਇਸ ਦੀ ਗੱਲ ਕਰੋ ਤਾਂ ਸਾਡੇ ਕੋਲ ਪਹਿਲੀ ਆਈ ਹੈ। ਅਤੇ ਉਹ ਬਾਈ ਨੇ ਸਾਡੇ ਨਾਲ ਗੱਲ ਕੀਤੀ, ਕੋਲੈਬੋਰੇਸ਼ਨ ਵੀ ਕੀਤਾ, ਉਹ ਕੇਅਰ ਵੀ ਕਰਨਾ ਚਾਹੁੰਦੇ ਸੀ ਆਪਣੀ ਗੱਡੀਆਂ ਦੀ। ਅਤੇ ਉਹਨਾਂ ਨੇ ਸਾਡੇ ਬਾਰੇ ਸੁਣਿਆ, ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗਾ, ਅਤੇ ਅਸੀਂ ਫਿਰ ਕੋਲੈਬੋਰੇਟ ਕੀਤਾ। ਉਹਨਾਂ ਨੇ ਹੋਰ ਵੀ ਕਿਹਾ, ਉਹਨਾਂ ਨੇ ਬਾਕੀ ਗੱਡੀਆਂ ਵੀ ਭੇਜੂਗੇ, ਪਹਿਲਾਂ ਉਹ ਕਰਾ ਕੇ ਇੱਕ ਵਾਰੀ ਦੇਖਣਾ ਚਾਹੁੰਦੇ ਸੀਗੇ ਕੀ ਹੋ ਸਕਦਾ। ਉਹਨਾਂ ਦੀ ਡਿਮਾਂਡ ਵੈਸੇ PPF ਦੀ ਸੀਗੀ, ਪਰ ਉਹਨਾਂ ਕੋਲ ਉਹਨਾਂ ਟਾਈਮ ਨਹੀਂ ਸੀਗਾ। ਪੁੱਛਣਾ ਵੀ ਚਾਹੁੰਦਾ ਸੀ ਤੁਹਾਨੂੰ ਵੀ ਹਾਂ ਇਹਨੂੰ ਕੀ ਕਰ ਰਿਹਾ। ਵੈਸੇ ਸਾਡੇ ਸ਼ਾਰਟਸ ਚੱਲ ਰਹੇ ਨੇ, ਸਾਰਾ ਕੁਝ ਚੱਲ ਰਿਹਾ, ਅਤੇ ਮੈਂ ਵੈਸੇ ਇਹ ਵੀ ਦੱਸਣਾ ਚਾਹੁੰਦਾ ਨਾਲ ਹੀ ਕਿ ਅਸੀਂ ਫਸਟ ਆਫ ਆਲ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਰੋਇਲ ਲਿਮੋਜ਼ ਤੁਹਾਨੂੰ ਰੈਂਟਲ ਵੈਡਿੰਗਸ, ਰੈਂਟਲ ਕਾਰਸ ਵਾਸਤੇ ਜਾਣੇ ਜਾਂਦੇ ਨੇ। ਤੁਸੀਂ ਆਪਣੇ ਵੈਡਿੰਗਸ ਵਾਸਤੇ ਇਹਨੂੰ ਲਾਈਕ ਰੈਂਟ ਕਰ ਸਕਦੇ ਹੋ, ਪਰ ਡੇ ਦੇ ਹਿਸਾਬ ਨਾਲ ਵੀ ਹੁੰਦਾ, ਅਤੇ ਬਾਕੀ ਹੋਰ ਵੀ ਗੱਡੀਆਂ ਉਹਦੀ ਅਵੇਲੇਬਲ ਨੇ। ਅਤੇ ਬਟ ਤੁਹਾਡੀ ਮੇਜਰ ਗੱਲ ਹੈਗੀ ਕਿ ਇਹਨਾਂ ਕੋਲ ਸੈਕਿੰਡ ਰੋਲਸ ਰੋਇਸ ਆ ਜਿਹੜੀ ਕਿ ਇਹਨਾਂ ਨੇ ਲਈ ਆ, ਠੀਕ ਹੈ। ਅਤੇ ਬਾਈ ਇਹ ਤਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਨ, ਕਿਉਂਕਿ ਉਹਨਾਂ ਦੀ ਬੁਕਿੰਗਸ ਵਗੈਰਾ ਸਾਰਾ ਕੁਝ ਚੱਲਦਾ ਰਹਿੰਦਾ, ਠੀਕ ਹੈ। ਅਤੇ ਇਹ ਰੋਲਸ ਰੋਇਸ ਕਿਹੜੇ ਵਾਲਾ ਮਾਡਲ ਹੈ ਵੈਸੇ ਤੁਹਾਨੂੰ? ਇਹ ਭਾਜੀ ਗੋਸਟ ਹੈ, ਗੋਸਟ ਹੈ ਹਨਾ, ਵੈਸੇ ਜ਼ਿਆਦਾ ਉਹੀ ਚੱਲਦੀ ਹੈ ਨਾ, ਫੈਂਟਮ ਥੋੜੀ ਜਿਹੀ ਹੋਰ ਹਿਸਾਬ ਦੀ ਹੋ ਜਾਂਦੀ ਹੈ, ਅਤੇ ਇਸ ਕਰਕੇ ਬਲੂ ਕਲਰ ਹੈ ਜ਼ਿਆਦਾ, ਵਾਈਟ ਕਲਰ ਹੈ। ਅਤੇ ਇਹ 'ਤੇ ਫਿਰ ਤੁਹਾਡੀ ਸਲਾਹ ਇਹ ਕਿਵੇਂ ਬਣੀ ਵੀ ਅਤੇ ਕੀ ਕਰਨਾ ਹੈ ਕੀ ਨਹੀਂ ਕਰਨਾ? ਨਹੀਂ ਵੈਸੇ ਤਾਂ ਅਸੀਂ PPF ਹੀ ਕਰਨਾ ਸੀਗਾ, ਪਰ ਉਹ ਲੇਟਰ ਔਨ ਸਟੇਜ 'ਤੇ ਕਰਾਂਗੇ, ਬਾਈ ਦੇ ਕੋਲ ਟਾਈਮ ਨਹੀਂ ਸੀਗਾ ਉਹਨਾਂ, ਉਹਨਾਂ ਕੋਲ ਇੱਕ ਦਿਨ ਦਾ ਹੀ ਟਾਈਮ ਸੀਗਾ, ਤਾਂ ਅਸੀਂ ਫਿਰ ਗ੍ਰੇਫੀਨ ਕੋਟਿੰਗ ਸੁਜੈਸਟ ਕੀਤੀ ਉਹਨਾਂ ਨੂੰ ਕਿ ਗੱਡੀ ਗਲੋਸੀ ਰਹਿੰਦੀ ਹੈ, ਕੋਟਿੰਗ ਜਿਹੜੀ ਉਹ ਇੱਕ ਦਿਨ 'ਚ ਹੋ ਜਾਂਦੀ ਹੈ ਹਨਾ, ਗ੍ਰੇਫੀਨ ਕੋਟਿੰਗ ਇੱਕ ਦਿਨ 'ਚ ਹੋ ਜਾਂਦੀ ਹੈ। PPF ਵਾਸਤੇ ਇਸ ਗੱਡੀ ਨੂੰ ਘੱਟੋ ਘੱਟ 4 ਦਿਨ ਲੱਗ ਜਾਂਦੇ ਹਨ। ਵੈਸੇ PPF ਕਿੰਨੇ ਦਿਨ 'ਚ ਹੋ ਜਾਂਦੀ ਹੈ? ਵੈਸੇ ਨਾਰਮਲ ਗੱਡੀ ਤੇ PPF 2 ਤੋਂ 3 ਦਿਨ ਲੱਗਦੇ ਨੇ, ਪਰ ਅਗਰ ਬੜੀ ਗੱਡੀ ਹੈ ਕੋਈ ਜਿੱਦਾਂ ਫੋਰਚੂਨਰ ਟਾਈਪ ਹੈ ਤਾਂ 3 ਤੋਂ 4 ਦਿਨ ਲੱਗ ਜਾਂਦੇ। ਇਹ ਜ਼ਿਆਦਾ ਬੜੀ ਹੈ, ਥੋੜੀ ਲਗਜ਼ਰੀ ਸੈਗਮੈਂਟ ਵੀ ਹੈ, ਤੇ ਸਾਨੂੰ ਚੀਜ਼ਾਂ ਦੇਖਣੀਆਂ ਵੀ ਪੈਂਦੀਆਂ, ਆਰਾਮ ਨਾਲ ਕੰਮ ਕਰੀਦਾ ਹੁੰਦਾ, ਤੇ ਇਸ ਕਰਕੇ 4 ਦਿਨ ਲੱਗਦੇ। ਇਹਦੇ ਵਾਸਤੇ ਮੈਂ ਦੇਖ ਰਿਹਾ ਤੁਸੀਂ ਬਹੁਤ ਸਾਰੇ ਆਪਣੇ ਵਰਕਰ ਸਾਰੇ ਹੀ ਲਾਏ ਨੇ, ਉਹ ਸਪੈਸ਼ਲੀ ਇਹਦੇ ਲਈ ਲਾਏ ਸੀਗੇ ਕਿ ਵੈਸੇ ਵੀ ਗੱਡੀ ਰਿਹਾ ਕਰ ਰਹੇ ਆ। ਤੁਸੀਂ ਕਦੀ ਵੀ ਆਓ ਸਾਰੀ ਗੱਡੀਆਂ ਤੇ ਲੱਗੇ ਹੁੰਦੇ, ਉਹ ਤਾਂ ਮੈਨੂੰ ਪਤਾ। ਹਾਂ, ਜ਼ਰੂਰੀ ਨਹੀਂ ਹੈ ਕਿ ਉਹ ਲਗਜ਼ਰੀ ਸੈਗਮੈਂਟ ਦੀ ਗੱਡੀਆਂ ਸਾਡੇ ਕੋਲ ਆਉਂਦੀਆਂ ਰਹਿੰਦੀਆਂ, ਰੋਲਸ ਰੋਇਸ ਪਹਿਲੀ ਆਈ ਗੱਲ ਲੱਗ ਗਈ, ਲੇਕਿਨ ਕੰਮ ਸਾਰਾ ਉਸੇ ਤਰੀਕੇ ਨਾਲ ਹੋਣਾ। ਮੈਨੂੰ ਲੱਗਿਆ ਨਾ ਵੀ ਜਦ ਇਹ ਸੈਗਮੈਂਟ ਦੀ ਕੇਅਰ ਵੀ ਜ਼ਿਆਦਾ ਕਰਨੀ ਪਊਗੀ ਹਨਾ, ਕਿਉਂਕਿ ਇਹ ਜਿਹੜਾ ਸੈਗਮੈਂਟ ਆ ਬਹੁਤ ਹੀ ਯੂਨੀਕ ਹੈ ਹਨਾ, ਡੈਫੀਨਿਟਲੀ ਪੇਂਟ ਵੀ ਲਗਜ਼ਰੀਅਸ ਹੈ, ਬਹੁਤ ਮਹਿੰਗੇ ਹੁੰਦੇ ਆ ਹਨਾ, ਤੇ ਵੈਸੇ ਵੀ ਇਹ ਹਰੇਕ ਬੰਦਾ ਲਾਈਕ ਇਹਨੂੰ ਸ਼ੌਂਕ ਤੋਂ ਵੀ ਕਹਿੰਦੇ ਨੇ ਵੀ ਇਹ ਹਰੇਕ ਦਾ ਸਟ੍ਰੀਮ ਕਾਰ ਹੈ ਹਨਾ, ਹਰੇਕ ਜਣੇ ਦੀ। ਤੇ ਇਹਨੂੰ ਜੀ ਇਹਨੂੰ ਰੂਬੀਕੌਨ ਨੂੰ ਕੀ ਕਰਿਆ ਫਿਰ? ਇਹ ਤਾਂ ਬਾਈ ਨੇ ਵੈਸੇ ਸ਼ੌਂਕ ਨੂੰ ਰੱਖੀ ਹੋਈ ਹੈ, ਤੇ ਇਹਨੂੰ ਤਾਂ ਉਹਨਾਂ ਨੇ ਗਲੋਸ ਕਰਾਉਣਾ ਸੀਗਾ, ਕਹਿੰਦੇ ਸੀ ਕਿ ਬਈ ਮੈਨੂੰ ਹਾਈ ਗਲੋਸ ਗੱਡੀ ਚਾਹੀਦੀ ਹੈ, ਤੇ ਇਹਦੇ ਉੱਤੇ ਤਾਂ ਵੈਸੇ ਹੀ ਗ੍ਰੇਫੀਨ ਹੀ ਕਰਾਣੀ ਸੀ, ਗ੍ਰੇਫੀਨ ਹੀ ਕਰਾਉਣੀ ਚਾਹੀਦੀ। ਓਕੇ, ਠੀਕ ਹੈ। ਬਾਕੀ ਵੀ ਆਪਾਂ ਵਾਕ ਅਰਾਊਂਡ ਕਰ ਲੈਂਦੇ ਨਾਲ ਹਨਾ, ਥੋੜ੍ਹਾ ਜਿਹਾ ਜਿਵੇਂ ਬਈ ਇਹਦੀ ਗੱਲ ਕੀਤੀ ਜਾਵੇ ਹਨਾ, ਆਪਾਂ ਇਹਦਾ ਤੇ ਪੇਂਟ ਵੀ ਜਿੱਦਾਂ ਆਪਾਂ ਗੱਲ ਕਰਕੇ ਹੇਠੇ ਹਨਾ, ਤੇ ਇਹਨੂੰ ਲਾਈਕ ਥੋੜ੍ਹਾ ਤੁਹਾਨੂੰ ਲਾਈਕ ਕਹਿੰਦੇ ਹੁੰਦੇ ਵੀ ਚੈਲੰਜਿੰਗ ਵੀ ਰਿਹਾ ਹੈ ਕਿ ਕਰਨ ਵਾਸਤੇ ਕਿ ਜਾਂ ਨਹੀਂ ਨੋਰਮਲੀ ਰਿਹਾ? ਨਹੀਂ, ਪੇਂਟ ਤਾਂ ਵੈਸੇ ਲਗਜ਼ੋਰੀਅਸ ਹੀ ਹੁੰਦਾ, ਥੋੜ੍ਹਾ ਜਿਹਾ ਚੈਲੰਜਿੰਗ ਇਹ ਹੁੰਦਾ ਹੈ ਕਿ ਬਈ ਕੁਝ ਐਸਾ ਮਿਸਹੈਪ ਨਾ ਹੋ ਜਾਏ,
ਜਿਹਦੇ ਕਾਰਨ ਉਹਦਾ ਨੁਕਸਾਨ ਹੋ ਜਾਏ ਕਿਉਂਕਿ ਮਹਿੰਗਾ ਬਹੁਤ ਹੈ, ਇਸ ਕਰਕੇ ਬਾਈ ਇੱਦਾਂ ਦਾ ਸੈਗਮੈਂਟ ਵਗੈਰਾ ਵੈਸੇ ਜਿਹੜੀ PPF ਕੋਟਿੰਗਸ ਇਹਨਾਂ ਸੈਗਮੈਂਟਸ ਲਈ ਬਣੀਆਂ ਸੀ, ਬਟ ਉਹਦੀ ਪ੍ਰਾਈਸ ਕਟਿੰਗ ਕਰਕੇ ਈਜ਼ੀ ਅਵੇਲੇਬਲ ਵਾਸਤੇ ਤੁਹਾਡੇ ਜਿੱਦਾਂ ਬ੍ਰਾਂਡਸ ਹੈਗੇ ਇਹਨਾਂ ਨੇ ਕਰ ਦਿੱਤਾ, ਡ੍ਰਿਲਿੰਗ ਬੁੱਲ ਬ੍ਰਾਂਡ ਜਿਹੜੀ ਕਿ ਤੁਹਾਡੇ ਵਾਸਤੇ ਲੈਂਦੀ, ਵੈਸੇ ਤਾਂ ਇਹ ਚੀਜ਼ਾਂ ਇਹਨਾਂ ਦੀ ਸੀਗੀਆਂ, ਪਰ ਇਹ ਕਿਤੇ ਹੁਣ ਆਪਾਂ ਗੱਲ ਕਰੀਏ ਬਾਈ ਕੋਟਿੰਗ ਦੀ ਜਾਂ PPF ਦੀ, ਇਹਦੇ ਵਿੱਚ ਮੇਜਰ ਚੇਂਜ ਕੀ ਹੈ? ਮੰਨ ਲਓ ਕਿੱਦਾਂ ਕਸਟਮਰ ਨੂੰ ਜਾਂ ਆਪਾਂ ਕਿਸੇ ਲਾਈਕ ਬੰਦੇ ਨੂੰ ਇਹ ਚੀਜ਼ ਸੈਟਿਸਫਾਈ ਕਰਾ ਸਕਦੇ ਹਾਂ ਕਿ PPF ਜਾਂ ਉਹ 'ਚ ਕੀ ਫਰਕ ਹੈ ਅਤੇ ਕਿਉਂ ਕਿਹੜਾ ਬੈਟਰ ਹੈ? ਬਾਈ ਯੂਜੁਅਲੀ ਅਸੀਂ ਡਾਰਕ ਕਲਰ ਦੀ ਗੱਡੀਆਂ 'ਤੇ PPF ਸੁਜੈਸਟ ਕਰਦੇ ਹਾਂ ਅਤੇ ਲਾਈਟ ਕਲਰ ਦੀ ਗੱਡੀਆਂ 'ਤੇ ਕੋਟਿੰਗ ਸੁਜੈਸਟ ਕਰਦੇ ਹਾਂ। ਜੇ ਤੁਸੀਂ ਮੇਜਰ ਲੇਮੈਨ ਲੈਂਗੁਏਜ 'ਚ ਫਰਕ ਪਤਾ ਕਰਨਾ ਹੈ ਤਾਂ ਕੋਈ ਮੇਜਰ ਸਕ੍ਰੈਚ ਬਚਾਉਣਾ ਤਾਂ PPF ਕੰਮ ਆਉਂਦੀ ਹੈ, ਕੋਈ ਜਾਨਵਰ ਚੜ ਗਿਆ, ਕੋਈ ਛੋਟੇ ਛੋਟੇ ਸਟੋਨ ਚਿਪ ਟਕਰਾ ਜਾਂਦੇ ਗੱਡੀ 'ਤੇ, ਕੋਈ ਬਾਈਕ ਦਾ ਹੈਂਡਲ ਲੱਗ ਗਿਆ ਜਾਂ ਬੰਪਰ ਟੂ ਬੰਪਰ ਗੱਡੀਆਂ ਚੱਲਦੀਆਂ ਜਿੱਥੇ, ਉੱਥੇ PPF ਜ਼ਿਆਦਾ ਬੈਟਰ ਹੁੰਦੀ ਹੈ। ਕਿਸੇ ਬੰਦੇ ਕੋਲ ਆਪਣੀ ਪਾਰਕਿੰਗ ਹੁੰਦੀ ਹੈ, ਆਪਣਾ ਗਰਾਜ ਹੁੰਦਾ ਹੈ ਅਤੇ ਉਹਦੀ ਗੱਡੀ ਜ਼ਿਆਦਾ ਨਹੀਂ ਚੱਲਦੀ ਜਾਂ ਫਿਰ ਸਕ੍ਰੈਚ ਪ੍ਰੋਨ ਏਰੀਆ 'ਚ ਨਹੀਂ ਚੱਲਦੀ, ਉਹਦਾ ਕੰਮ ਕੋਟਿੰਗ ਨਾਲ ਹੋ ਜਾਂਦਾ, ਕੋਟਿੰਗ ਨਾਲ ਸਰ ਜਾਂਦਾ। ਓਕੇ, ਮਤਲਬ ਕਹਿਣ ਦਾ ਮਤਲਬ ਵੀ ਕੋਟਿੰਗ ਜ਼ਿਆਦਾ ਵੈਸੇ ਗਲੋਸ ਲਈ ਅਤੇ ਲੁੱਕ ਲਈ ਜਾਣੀ ਜਾਂਦੀ ਹੈ, ਹੈ ਨਾ? PPF ਜਿਹੜੀ ਉਹ ਗੱਡੀ ਨੂੰ ਐਕਚੁਅਲੀ ਪ੍ਰੋਟੈਕਟ ਕਰਨ ਵਾਸਤੇ, ਠੀਕ ਹੈ। ਇਹ ਬਾਈ ਮੇਜਰ ਇੱਕ ਡਿਫਰੈਂਸ ਹੈਗਾ, ਵੈਸੇ ਅੱਜ ਕੱਲ੍ਹ ਜ਼ਿਆਦਾ PPF 'ਤੇ ਜ਼ੋਰ ਦਿੱਤਾ ਜਾ ਰਿਹਾ ਅਤੇ PPF ਵੀ ਕਾਫੀ ਤਰ੍ਹਾਂ ਦੀਆਂ, ਹੁਣ ਕੋਟਿੰਗਸ ਆਪਣੇ ਕੋਲ ਵੈਸੇ ਕਿਹੜੀਆਂ ਕਿਹੜੀਆਂ ਅਵੇਲੇਬਲ ਹੈ? ਸਾਡੇ ਕੋਲ ਸੈਰਾਮਿਕ ਵੀ ਹੈ, ਸਾਡੀ ਕੋਲ ਗ੍ਰੇਫੀਨ ਵੀ ਹੈ, PPF ਵੀ ਬਹੁਤ ਸਾਰੀ ਕੁਆਲਿਟੀਜ਼ ਆਉਂਦੀਆਂ, 5 ਸਾਲ ਦੀ ਵਾਰੰਟੀ ਦੇ ਨਾਲ, 10 ਸਾਲ ਦੀ ਵਾਰੰਟੀ ਦੇ ਨਾਲ ਸਾਰੀਆਂ ਅਵੇਲੇਬਲ ਹੈ। ਤੇ PPF ਵੀ ਦੋ ਤਰ੍ਹਾਂ ਦੀ ਆਉਂਦੀ ਹੈ ਵੈਸੇ? ਇੱਕ PPF ਦੋ ਤਰੀਕੇ ਦੇ ਆਉਂਦੀ ਹੈ, ਇੱਕ TPH ਇੱਕ TPU। ਤੁਸੀਂ ਜਾਓ ਕਰੋਲ ਬਾਗ ਤੇ ਆਪਣਾ ਸੈਕਟਰ 28 ਵੀ ਚੱਲ ਜਾਓ, ਕਿਆ ਪਿਆ ਹੁੰਦਾ, 10,000 ਤੋਂ ਸ਼ੁਰੂ ਕਰ ਦਿੰਦੇ ਆ PPF। ਤੇ ਕਿਹੜੇ ਵਾਲੀ ਕਰਾਉਣੀ ਚਾਹੀਦੀ ਹੈ, ਕਿਹੜੀ ਨਹੀਂ ਕਰਾਉਣੀ ਚਾਹੀਦੀ? ਨਹੀਂ, PPF TPU ਹੀ ਕਰਾਉਣੀ ਚਾਹੀਦੀ ਹੈ, ਹੋਰ ਕਿਸੇ ਵੀ ਕੋਈ ਵੀ ਕਰਾਏ, ਇਹ ਮੈਂ ਇਹ ਨਹੀਂ ਕਹਿੰਦਾ ਸਾਡੇ ਤੋਂ ਹੀ ਕਰਾਏ, ਜਿੱਥੋਂ ਵੀ ਕਰਾਏ ਹਮੇਸ਼ਾ ਬ੍ਰਾਂਡ ਦੀ ਵਾਰੰਟੀ ਲਓ ਤੇ ਈ ਵਾਰੰਟੀ ਲੈਣਾ ਬਹੁਤ ਜ਼ਰੂਰੀ ਹੈ। ਤੁਸੀਂ ਈ ਵਾਰੰਟੀ ਅਗਰ ਤੁਹਾਨੂੰ ਕੋਈ ਬ੍ਰਾਂਡ ਦੇ ਰਿਹਾ ਤਾਂ ਡੈਫੀਨੇਟਲੀ ਉਹ ਤੁਸੀਂ ਉੱਥੋਂ ਕਰਾ ਸਕਦੇ ਹੋ, ਠੀਕ ਹੈ। ਇਸ ਕਰਕੇ ਇਹ ਚੀਜ਼ ਹੈ। ਵੈਸੇ ਬਾਈ ਇਹਦੀ ਆਪਾਂ ਇਹ ਸਾਰੀ ਸਾਈਡ ਪ੍ਰੋਫਾਈਲ ਦੇਖ ਸਕਦੇ ਹਾਂ, ਗੱਡੀ ਲੈਂਥ ਲਈ ਵੀ ਜਾਣੀ ਜਾਂਦੀ ਹੈ। ਬਾਈ ਇਹਦੇ ਜਿੱਦਾਂ ਲਾਈਕ ਕੁਝ ਪਲਾਸਟਿਕ ਪੇਂਟਸ ਹੁੰਦੇ ਆ ਜਾਂ ਅਲੋਏ ਕੋਟਿੰਗ ਹੁੰਦੀ ਹੈ, ਮੇਰੇ ਵਾਲੀ ਗੱਡੀ ਤੁਸੀਂ ਉਹਨੂੰ ਅਲੋਏ ਕੋਟਿੰਗ ਕਰਕੇ ਦਿੱਤੀ, ਹੈ ਨਾ? ਤੇ ਇਹਨਾਂ ਦੇ ਵੀ ਕੁਝ ਸਪੈਸ਼ਲ ਹੁੰਦਾ? ਹਾਂਜੀ, ਸਾਰੀ ਗੱਡੀ ਦੇ ਸਰਫੇਸਿਸ ਵਾਸਤੇ ਡਿਫਰੈਂਟ ਕੋਟਿੰਗਸ ਹੁੰਦੀਆਂ। ਪੇਂਟ ਵਾਸਤੇ ਸੈਰਾਮਿਕ ਕੋਟਿੰਗ ਅਲੱਗ ਹੁੰਦੀ ਹੈ, ਗਲਾਸ ਕੋਟਿੰਗ ਅਲੱਗ ਆਉਂਦੀ ਹੈ, ਅਲੋਈ ਕੋਟਿੰਗ ਅਲੱਗ ਤਰੀਕੇ ਦੀ ਹੁੰਦੀ ਹੈ, ਸਿਮਿਲਰਲੀ ਲੈਦਰ ਕੋਟਿੰਗ ਅਲੱਗ ਹੁੰਦੀ ਹੈ, ਸਾਰਿਆਂ ਦੀ ਡੈਂਸਿਟੀ, ਸਾਰਿਆਂ ਦੀ ਇਫੈਕਟਿਵਨੈਸ ਅਲੱਗ ਅਲੱਗ ਤਰੀਕੇ ਦੀ ਹੁੰਦੀ ਹੈ, ਠੀਕ ਹੈ। ਤੇ ਬਾਈ ਜਿਵੇਂ ਹੁਣ ਗੱਲ ਕੀਤੀ ਉਹਦੀ ਗਲਾਸ ਕੋਟਿੰਗਸ ਵਗੈਰਾ, ਹੈ ਨਾ, ਉਹ ਤੁਹਾਡੇ ਫਿਰ ਲਾਈਕ ਕੋਂਬੋ ਦੇ ਵਿੱਚ ਆਪਾਂ ਨੂੰ ਕੋਂਬੋ ਕਹਿ ਸਕਦੇ ਹੋ ਜੇ ਅਵੇਲੇਬਲ ਹੁੰਦੀ ਹੈ ਜਾਂ ਸੈਪਰੇਟ ਹੁੰਦੀ ਹੈ? ਉਹ ਬੇਸਿਕਲੀ ਅਲੱਗ-ਅਲੱਗ ਪੈਕੇजेस ਹੁੰਦੇ ਆ, ਜਦੋਂ ਅਸੀਂ ਐਕਸਟੀਰੀਅਰ ਪੈਕੇਜ ਆਫਰ ਕਰਦੇ ਹਾਂ ਉਹਦੇ ਵਿੱਚ ਅਸੀਂ ਪੇਂਟ ਪ੍ਰੋਟੈਕਸ਼ਨ ਸਾਰੇ ਪੇਂਟਡ ਪਾਰਟਸ ਤੇ ਗਲਾਸਿਸ ਅਲੋਇਸ ਤੇ ਆਫਰ ਕਰਦੇ ਹਾਂ। ਇੰਟੀਰੀਅਰ ਦੇ ਵਿੱਚ ਆਪਸ਼ਨਲ ਹੁੰਦਾ ਹੈ, ਬੰਦੇ ਦੇ ਦਿਲ ਤੇ ਹੈ ਕਿ ਉਹ ਕਰਾਉਣਾ ਚਾਹੁੰਦਾ ਹੈ ਕਿ ਨਹੀਂ ਕਰਾਉਣਾ ਚਾਹੁੰਦਾ, ਠੀਕ ਹੈ। ਤੇ ਬਾਕੀ ਬਾਈ ਗੱਡੀ ਦੀ ਗੱਲ ਕੀਤੀ ਹੈ ਵੀ ਪ੍ਰੋਪਰ ਹੁਣ ਸਾਰੀ ਕੋਟਿੰਗ ਕੀ ਹੈ ਇਹਨਾਂ ਨੇ ਗ੍ਰਫੀਨ ਕੋਟਿੰਗ ਇਹਦੇ ਉੱਤੇ, ਹੈ ਨਾ, ਕੀਤੀ ਹੈ, ਕਿਉਂਕਿ ਉਹ ਤੋਂ ਉੱਪਰ ਵੀ ਕੋਟਿੰਗ ਹੈ ਨਹੀਂ, ਹੈ ਨਾ, ਕੋਟਿੰਗ ਦੇ ਵਿੱਚ, ਤੇ ਜਾਂ ਫਿਰ ਤੁਹਾਨੂੰ PPF 'ਚ ਜਾਣਾ ਪਊਗਾ। ਤੇ ਇਹ ਕੁਛ ਤੁਹਾਨੂੰ ਥੋੜ੍ਹਾ ਜਿਹਾ ਮੈਂ ਇਹਦਾ ਲਾਈਕ ਲੁੱਕ ਦਿਖਾਉਣਾ ਚਾਹੁੰਦਾ ਅੰਦਰ ਦੀ, ਵੀ ਇਹਦੀ ਇਹ ਲੁੱਕ ਆ ਜਾਂਦੀ ਹੈ ਸਾਰੀ ਗੱਡੀ ਦੀ, ਤੁਸੀਂ ਥੋੜ੍ਹਾ ਜਿਹਾ ਵੇਖ ਲਓ, ਇਹੀ ਇਹਦਾ ਸਵਾਦ ਹੈ ਗੱਡੀ ਦਾ ਸਾਰਾ। ਇੰਟੀਰੀਅਰ ਚੈੱਕ ਕਰ ਸਕਦੇ ਬਾਈ, ਇਹਦੇ ਇੰਟੀਰੀਅਰ ਦੀ ਆਪਾਂ ਗੱਲ ਕਰੀਏ ਤੇ ਬਾਈ ਇਹਦੇ ਇੰਟੀਰੀਅਰ ਦੇ ਵਿੱਚ ਲਾਈਕ ਕੁਝ ਸਪੈਸ਼ਲ ਲੈਦਰ ਕੋਟਿੰਗ ਜਾਂ ਇਹਦਾ ਡੈਸ਼ਬੋਰਡ, ਇਹ ਵੀ ਕੋਈ ਅਲੱਗ ਹੁੰਦਾ ਸਿਸਟਮ? ਨਹੀਂ, ਡੈਸ਼ਬੋਰਡ ਵਾਸਤੇ ਪਲਾਸਟਿਕ ਮਟੀਰੀਅਲ ਵਾਸਤੇ ਕੋਈ ਇਸ ਤਰੀਕੇ ਦੀ ਸਪੈਸ਼ਲ ਕੋਟਿੰਗ ਨਹੀਂ ਆਉਂਦੀ, ਠੀਕ ਹੈ। ਲੈਦਰ ਵਾਸਤੇ ਡੈਫੀਨੇਟਲੀ ਅਲੱਗ ਕੋਟਿੰਗ ਆਉਂਦੀ ਹੈ ਕਿ ਅਗਰ ਕੁਝ ਚੀਜ਼ ਡੁੱਲ ਗਈ ਤੁਹਾਡੀ ਲੈਦਰ ਦੇ ਉੱਤੇ ਜਾਂ ਕੋਈ ਦਾਗ ਲੱਗ ਗਿਆ ਤਾਂ ਕਲੀਨਿੰਗ ਬੜੀ ਈਜ਼ੀ ਹੋ ਜਾਂਦੀ ਹੈ, ਈਜ਼ੀ ਹੋ ਜਾਂਦੀ, ਕਿਉਂਕਿ ਇਹ ਬਹੁਤ ਪ੍ਰੀਮੀਅਮ ਆ, ਹੈ ਨਾ, ਲਾਈਕ ਇਹਦਾ ਕਲਰ ਕਿੱਡਾ ਸੋਹਣਾ ਹੈ, ਰੋਇਲ ਇਹ ਸਾਰੀ ਹੈਗੀ, ਹੈ ਨਾ, ਕਿਉਂਕਿ ਇਹਦਾ ਤੇ ਸੀਟਸ ਵੀ ਆਈ ਥਿੰਕ ਸਾਰੀਆਂ ਬਹੁਤ ਕੋਸਟਲੀ ਹੁੰਦਾ ਹੈ, ਬਿਲਕੁਲ ਬਿਲਕੁਲ ਵੈਸੇ, ਹੈ ਨਾ, ਕਿਉਂਕਿ ਇਹਦੀ ਪ੍ਰਾਈਸ ਵੀ ਵੈਸੇ CRS ਦੇ ਵਿੱਚ ਆ, ਹੈ ਨਾ, ਤੇ ਕਿਉਂਕਿ ਇਹ ਕਰਾਉਂਦੇ ਆ ਸਾਰੇ ਤੇ ਆਮ ਗੱਡੀਆਂ ਲਈ ਵੀ, ਹੈ ਨਾ, ਸਾਰੀ ਅਵੇਲੇਬਿਲਟੀ ਵਗੈਰਾ ਮਿਲ ਜਾਂਦੀ ਹੈ। ਇਹਦੀ ਬੈਕ ਲੁੱਕ ਤੁਸੀਂ ਦੇਖ ਸਕਦੇ ਹੋ, ਵੈਸੇ ਚਲੋ ਅਸੀਂ ਬੈਕ ਕੇ ਵੀ ਤੁਹਾਨੂੰ ਦਿਖਾ ਹੀ ਰਹੇ ਹਾਂ ਵੀ ਸਾਰਾ, ਕਿਉਂਕਿ ਬਹੁਤ ਜ਼ਿਆਦਾ ਕੰਫਰਟ ਇਹਦੇ ਵਿੱਚ, ਬਹੁਤ ਹੀ ਇਹਦੇ ਚੀਜ਼ ਲਈ ਜਾਣੀ ਜਾਂਦੀ ਹੈ, ਸਾਊਂਡ ਪਰੂਫ ਹੁੰਦੀ ਹੈ ਸਾਰੀ ਗੱਡੀ, ਸਾਨੂੰ ਸਿਰਫ ਤੁਹਾਨੂੰ ਲੁੱਕ ਦਿਖਾ ਦਈਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿੱਡੀ ਵਧੀਆ ਵੈਲ ਮੇਨਟੇਨਡ ਉਹਨਾਂ ਨੇ ਰੱਖੀ ਹੋਈ ਹੈ ਸਾਰੀ ਗੱਡੀ, ਤੇ ਬਾਕੀ ਗੱਡੀ ਨੂੰ ਚਮਕਾਉਣ ਦਾ, ਗੱਡੀ ਨੂੰ ਕੇਅਰ ਵਾਸਤੇ ਤੁਹਾਡੇ ਕੋਲ ਡਿਟੇਲਿੰਗ ਬੁੱਲ ਜਿਹੜਾ ਉਹ ਬੈਠਾ ਹੋਇਆ, ਤੁਸੀਂ ਆਪਣੀਆਂ ਗੱਡੀਆਂ ਵੀ ਲਿਆ ਕੇ ਕਰਾ ਸਕਦੇ ਹੋ ਇਹਦੇ ਮੈਟਸ ਵਗੈਰਾ। ਹੁਣ ਇਹਨੂੰ ਲਾਈਕ ਬੰਦ ਕਰਨ ਦੀ ਵੀ ਗੱਲ ਹੈ, ਅੱਜ ਤੁਹਾਨੂੰ ਦੱਸ ਦਿੰਦੇ ਹਾਂ ਲਾਈਕ ਇਹਦੇ ਇੱਕ ਬਹੁਤ ਤਕੜੀ ਖਾਸੀਅਤ ਹੈ, ਜੇ ਇੱਕ ਡੋਰ ਆਪਾਂ ਵੈਸੇ ਇੱਦਾਂ ਬੰਦ ਕਰ ਦਈਏ ਤਾਂ ਇਹ ਵੀ ਬੰਦ ਹੋ ਜਾਂਦਾ। ਦੂਜੀ ਗੱਲ ਜਿਹੜੀ ਇਹ ਆਟੋ ਲੌਕ ਹੁੰਦੇ ਆ,
ਇਹ ਤੁਸੀਂ ਦੇਖ ਸਕਦੇ ਹੋ ਆਰਾਮ ਨਾਲ ਲੋਕ ਹੋ ਗਿਆ। ਅਤੇ ਬਾਈ ਆਓ ਆਪਾਂ ਨਾਲ ਉੱਧਰ ਵੀ ਚੱਲਦੇ ਹਾਂ, ਹੈ ਨਾ। ਚਲੋ ਇਹਦੇ ਬਾਰੇ ਤਾਂ ਆਪਾਂ ਬਹੁਤ ਸਾਰੀ ਗੱਲ ਕਰ ਲਈ, ਕੁਛ ਚੀਜ਼ਾਂ ਅਸੀਂ ਵਿੱਚ ਹੋਰ ਐਡ ਔਨ ਕਰ ਦਾਂਗੇ ਬਾਈ। ਜਿਵੇਂ ਹੁਣ ਲਾਈਕ ਇਹ ਤਾਂ ਆਪਣੇ ਕੋਲ ਰੂਬੀਕੋਨ ਆ ਗਈ, ਹੈ ਨਾ ਬਾਈ, ਇਹਦੇ ਪਾਰਟਸ ਪਲਾਸਟਿਕ ਦੇ ਨੇ, ਇਹਦੇ ਵਾਸਤੇ ਫਿਰ ਕੀ ਯੂਜ਼ ਕਰਦੇ? ਥਾਰ ਲਈ ਵੀ ਹੁੰਦੇ ਆ, ਹੈ ਨਾ। ਹਾਂ, ਇਸ 'ਤੇ ਅਲੱਗ ਅਲੱਗ ਤਰੀਕੇ ਦੇ, ਇਸ 'ਤੇ ਪਹਿਲਾਂ ਸਭ ਤੋਂ ਪਹਿਲਾਂ ਰੀਸਟੋਰਰ ਲਗਾਇਆ ਜਾਂਦਾ ਹੈ, ਕਿਉਂਕਿ ਕਈ ਪਾਰਟਸ ਵਾਈਟ ਹੋ ਚੁੱਕੇ ਹੁੰਦੇ ਨੇ, ਉਹਨੂੰ ਰੀਸਟੋਰ ਕਰਨਾ ਜ਼ਰੂਰੀ ਹੁੰਦਾ ਹੈ। ਉਹ ਬਹੁਤ ਮਤਲਬ ਤੁਸੀਂ ਕਹਿ ਲਓ ਇੱਕ ਤਰੀਕੇ ਨਾਲ ਭੈੜੇ ਲੱਗਦੇ ਨੇ, ਠੀਕ ਹੈ। ਉਹਨੂੰ ਰੀਸਟੋਰ ਕਰਨ ਤੋਂ ਬਾਅਦ ਉਹਨੂੰ ਇਸ ਤਰੀਕੇ ਦੇ ਨਾਲ ਮੇਨਟੇਨ ਕੀਤਾ ਜਾਂਦਾ ਹੈ। ਅਗਰ ਤੁਸੀਂ ਬੇਸਿਕਲੀ ਪਲਾਸਟਿਕ ਪਾਰਟ ਨੂੰ ਰੈਗੂਲਰ ਮੇਨਟੇਨ ਕਰਨਾ ਜ਼ਰੂਰੀ ਹੈ, ਤੁਸੀਂ ਇੱਦਾਂ ਇੱਕ ਵਾਰ ਕੋਟਿੰਗ ਕਰਾ ਕੇ ਕਿ 2 ਸਾਲ ਕਰਾਓ ਹੀ ਨਾ, ਇਹ ਪੋਸੀਬਲ ਨਹੀਂ ਹੈ। ਹਰ 6-6 ਮਹੀਨੇ ਬਾਅਦ ਤੁਸੀਂ ਇੱਕ ਵਾਰੀ ਉਹਨੂੰ ਕਰਾਉਂਦੇ ਰਹੋਗੇ ਤਾਂ ਜ਼ਿਆਦਾ ਬੈਟਰ ਰਹਿੰਦਾ, ਉਹ ਬਲੈਕ ਵੀ ਰਹਿੰਦਾ ਅਤੇ ਉਹ ਫੇਡ ਵੀ ਨਹੀਂ ਹੁੰਦਾ, ਫੇਡ ਵੀ ਨਹੀਂ ਹੁੰਦਾ, ਓਕੇ, ਠੀਕ ਹੈ। ਅਤੇ ਬਾਕੀ ਭਾਅ ਜੀ ਇਹਦੇ ਅਲੋਏ ਕੋਟਿੰਗ ਇਹਦੇ ਵੀ ਹੋ ਜਾਂਦੇ? ਹਾਂਜੀ, ਅਲੋਏ ਕੋਟ ਇਹ ਵੀ ਹੋ ਜਾਂਦੇ ਹੈਗੇ ਆ ਸਾਰੇ, ਜਿੰਨੇ ਵੀ ਤੁਹਾਡੇ ਸਟੀਲ ਦੇ ਹੋ ਗਏ, ਸਿਲਵਰ ਕਲਰ ਹੋ ਗਿਆ ਜਾਂ ਫਿਰ ਕੰਪਨੀ ਫਿਟਡ ਅਲੋਏਜ਼ ਹੋ ਗਏ, ਸਾਰੇ ਤਰੀਕੇ ਦੇ ਅਲੋਏਜ਼ ਕੋਟ ਹੋ ਜਾਂਦੇ। ਅਤੇ ਬਾਈ ਹੁਣ ਇੱਕ ਮੇਜਰ ਗੱਲ ਆਪਾਂ ਜਿਹੜੀ ਕਰਨ ਵਾਲੀ ਹੈਗੀ ਆ, ਹੈ ਨਾ। ਵੈਸੇ ਚਲੋ ਮੈਂ ਚਾਹੁੰਦਾ ਕਿ ਪ੍ਰੋਸੈਸ ਵੀ ਥੋੜ੍ਹਾ ਜਿਹਾ ਤੁਸੀਂ ਵੈਸੇ ਵਿਊਅਰਸ ਨੂੰ ਦੋਹਰੇ ਰਿਪੀਟ ਕਰ ਹੀ ਦਿਓਗੇ ਇਹ ਕਿੱਦਾਂ ਦਾ, ਕੀ ਇਹਦਾ ਪ੍ਰੋਸੈਸ ਹੁੰਦਾ ਹੈ? ਲਾਈਕ ਵਾਸ਼ ਕਰਦੇ ਹੋ ਪਹਿਲਾਂ ਗੱਡੀ ਨੂੰ ਤੁਸੀਂ, ਹੈ ਨਾ, ਫਿਰ ਲਾਈਕ ਉਹਨੂੰ? ਸਭ ਤੋਂ ਪਹਿਲਾਂ ਗੱਡੀ ਵਾਸ਼ ਹੁੰਦੀ ਹੈ, ਉਸ ਤੋਂ ਬਾਅਦ ਅਗਰ ਕਲੇਅ ਦੀ ਲੋੜ ਪਏ ਤਾਂ ਕਲੇਅ ਚਲਾਈ ਜਾਂਦੀ ਹੈ, ਉਸ ਤੋਂ ਬਾਅਦ ਕੰਪਾਊਂਡਿੰਗ ਹੁੰਦੀ ਹੈ, ਜੋ ਛੋਟੇ ਮੋਟੇ ਸਵੈਲ ਮਾਰਕਸ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਰਿਮੂਵ ਕੀਤੇ ਜਾਂਦੇ ਆ, ਫਿਰ ਗੱਡੀ 'ਤੇ ਪੋਲਿਸ਼ਿੰਗ ਕੀਤੀ ਜਾਂਦੀ ਹੈ ਗੱਡੀ ਦੀ ਓਰਿਜਨਲ ਸ਼ਾਈਨ ਨੂੰ ਰੀਸਟੋਰ ਕਰਨ ਵਾਸਤੇ, ਉਸ ਤੋਂ ਬਾਅਦ ਗੱਡੀ ਐਲਕੋਹਲ ਨਾਲ ਸਾਫ਼ ਹੁੰਦੀ ਹੈ ਔਰ ਫਿਰ ਕੋਟਿੰਗ ਅਪਲਾਈ ਕੀਤੀ, ਫਿਰ ਕੋਟਿੰਗ ਅਪਲਾਈ, ਠੀਕ ਹੈ। ਇਹ ਪ੍ਰੋਸੈਸ ਨੇ ਵੈਸੇ ਅਸੀਂ ਚਲਾ ਵੀ ਰਹੇ ਹਾਂ ਨਾਲ ਨਾਲ, ਸਾਨੂੰ ਅਸੀਂ ਜਸਟ ਵਾਕਡਾਊਨ ਦੇ ਦਈਏ, ਅਤੇ ਇਹਦੇ ਉੱਤੇ ਵੀ ਵੈਸੇ PPF ਹੁਣ ਆਪਾਂ ਗੱਲ ਕਰਾਂਗੇ ਮੇਜਰ ਪਾਰਟ ਦੀ, ਕੋਈ ਜ਼ਿਆਦਾ ਲੰਬਾ ਅਸੀਂ ਬਲੌਗ ਨਹੀਂ ਖਾਣ ਵਾਲੇ। ਦੋਸਤੋ ਫਾਈਨਲੀ ਗੱਡੀਆਂ ਕੋਟ ਹੋ ਚੁੱਕੀਆਂ ਨੇ, ਗਰਫੀਨ ਕੋਟਿੰਗ ਦੋਵਾਂ ਗੱਡੀਆਂ ਦੇ ਉੱਤੇ ਕੀਤੀ ਗਈ ਹੈ, ਠੀਕ ਹੈ। ਅਤੇ PPF ਵੀ ਕਰਵਾ ਸਕਦੇ ਸੀ ਬਟ ਟਾਈਮ ਸ਼ੋਰਟੇਜ ਕਰਕੇ ਨਹੀਂ ਕਰਵਾਈ ਗਈ, ਹੈ ਨਾ, ਕਿਉਂਕਿ ਉਹਨਾਂ ਦੇ ਈਵੈਂਟਸ ਨੇ ਇੱਕੋ ਦਿਨ ਲਈ ਗੱਡੀ ਅਵੇਲੇਬਲ ਸੀ, ਅਤੇ ਫਿਰ ਬਾਈ ਨੇ ਸੁਜੈਸਟ ਕੀਤਾ ਕਿ ਅਸੀਂ ਨੂੰ ਕੋਟ ਕਰ ਦਿੰਦੇ ਹਾਂ ਜਦੋਂ ਫ੍ਰੀ ਹੋਊਗੀ ਉਦੋਂ PPF ਹੋ ਜੂਗੀ। ਬਟ ਬਾਈ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਇੱਥੇ, ਕਿੰਨਾ ਕੁ ਟਾਈਮ ਟੂ ਬੀ ਫਰੈਂਕ ਵੀ ਸਵੇਰੇ ਕਿੰਨੇ ਵਜੇ ਗੱਡੀ ਆਉਂਦੀ ਹੈ ਅਤੇ ਕਿੰਨੇ ਵਜੇ ਤੱਕ ਛੱਡ ਸਕਦੇ ਹਾਂ? ਭਾਈ ਪਹਿਲੀ ਗੱਲ ਤਾਂ ਕੰਪਲੀਟਲੀ ਗੱਡੀ ਦੀ ਕੰਡੀਸ਼ਨ ਤਾਂ ਡਿਪੈਂਡ ਕਰਦਾ ਹੈ, ਕਿਉਂਕਿ ਬਾਈ ਨੇ ਗੱਡੀ ਚੰਗੀ ਤਰ੍ਹਾਂ ਮੇਨਟੇਨ ਕੀਤੀ ਹੋਈ ਸੀਗੀ, ਇਸ ਲਈ ਉਹ 1 ਦਿਨ 'ਚ ਹੀ ਖੋਟ ਹੋ ਗਈ, ਕਦੀ ਕਦੀ 1 ਦਿਨ ਤੋਂ ਜ਼ਿਆਦਾ ਵੀ ਲੱਗ ਜਾਂਦਾ ਹੈ। ਅਗਰ ਤੁਸੀਂ ਨਵੀਂ ਗੱਡੀ ਲੈ ਕੇ ਆਉਂਦੇ ਹੋ, ਮੰਨ ਲਓ ਹਫ਼ਤਾ ਚੱਲੀ ਹੈ, ਮਹੀਨਾ ਚੱਲੀ ਹੈ, ਫਿਰ ਤਾਂ 1 ਦਿਨ 'ਚ ਹੀ ਹੋ ਜਾਂਦੀ ਹੈ, ਪਰ ਅਗਰ ਮੰਨ ਲਓ ਗੱਡੀ ਸਾਲ ਚੱਲੀ ਹੈ, 1.5 ਸਾਲ ਚੱਲੀ ਹੈ, ਤਾਂ ਉਹਨੂੰ 1 ਦਿਨ ਤੋਂ ਜ਼ਿਆਦਾ ਵੀ ਲੱਗ ਜਾਂਦਾ ਹੈ। ਇਹ ਵੀ ਇੱਕ ਵਿਊਅਰਸ ਨੂੰ ਦੱਸੋ ਵੀ ਗੱਡੀ ਨਵੀਂ ਦੇ ਉੱਤੇ ਕੋਟਿੰਗ ਕਰਾਉਣੀ ਚਾਹੀਦੀ ਹੈ ਕਿ ਸਾਲ 2 ਸਾਲ ਬਾਅਦ ਕਰਾ ਲੈਣੀ ਚਾਹੀਦੀ ਹੈ? ਦੇਖੋ, ਜਿੰਨਾ ਐਸਾ ਨਹੀਂ, ਕੋਟਿੰਗ ਜਾਂ PPF ਕੋਈ ਵੀ ਚੀਜ਼, ਗੱਡੀਆਂ ਪਹਿਲਾਂ ਵੀ ਚੱਲਦੀਆਂ ਸੀਗੀਆਂ, ਗੱਡੀਆਂ ਹੁਣ ਵੀ ਚੱਲਦੀਆਂ, ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਹੈ, ਠੀਕ ਹੈ। ਬੰਦਾ ਜਿੰਨਾ ਜਲਦੀ ਕਰਾ ਲੈਂਦਾ ਹੈ ਪੇਂਟ ਪ੍ਰੋਟੈਕਸ਼ਨ, ਉਨਾ ਵਾਧੂ ਹੋ ਜਾਂਦਾ ਹੈ। ਸਾਲ ਬਾਅਦ ਵੀ ਕਰਾ ਲੇਗਾ ਤਾਂ ਵੀ ਸਾਨੂੰ ਥੋੜ੍ਹਾ ਜਿਹਾ ਪੇਂਟ ਬਫ ਕਰਨਾ ਪਏਗਾ, ਉਹ ਪੇਂਟ ਬਚਾਉਣ ਦਾ ਹੀ ਸਾਰਾ ਕੰਮ ਹੋ ਰਿਹਾ ਹੈ, ਜੇ ਪੇਂਟ ਪਹਿਲਾਂ ਹੀ ਬਫ ਕਰਨਾ ਪੈ ਗਿਆ ਤਾਂ ਥੋੜ੍ਹਾ ਜਿਹਾ ਫਿਰ ਉਸ ਟਾਈਮ ਪ੍ਰੋਬਲਮੈਟਿਕ ਹੋ ਜਾਂਦਾ, ਠੀਕ ਹੈ। ਹੁਣ ਇੱਕ ਗੱਲ ਮੇਜਰ ਹੋਰ ਇੱਥੇ ਵਿਊਅਰਸ ਲਈ ਕਲੀਅਰ ਕਰ ਦਿਓ, ਲਾਈਕ ਕਿੰਨੇ ਕੁ ਟਾਈਮ ਪਹਿਲਾਂ ਤੁਹਾਡੇ ਕੋਲ ਲਾਈਕ ਬੁਕਿੰਗ ਕਰਾਉਣੀ ਪੈਂਦੀ ਹੈ ਜਾਂ ਕੀ ਸ਼ਡਿਊਲ ਹੁੰਦਾ ਹੈ? ਭਾਈ ਯੂਜੂਅਲੀ ਅਗਰ ਸੈਟਰਡੇ ਸੰਡੇ ਨੂੰ ਬੁਕਿੰਗ ਕਰਾਉਣੀ ਹੈ ਤਾਂ 1 ਹਫ਼ਤੇ ਪਹਿਲਾਂ ਕਰਾਉਣੀ ਪੈਂਦੀ ਹੈ, ਅਗਰ ਨੋਰਮਲ ਵੀਕਡੇ 'ਤੇ ਕਰਾਉਣੀ ਹੈ ਤਾਂ 2-3 ਦਿਨ ਪਹਿਲਾਂ ਵੀ ਚੱਲ ਜਾਂਦਾ, ਠੀਕ ਹੈ। ਅਤੇ PPF ਲਈ ਆਪਾਂ 2 ਦਿਨ ਮਿਨੀਮਮ ਮੰਨ ਕੇ ਹੀ ਚੱਲਦੇ ਹਾਂ, ਹੈ ਨਾ। ਛੋਟੀ ਗੱਡੀ ਦੇ 2 ਦਿਨ, ਬੜੀ ਗੱਡੀ ਦੇ 3 ਦਿਨ, ਅਗਰ ਕੋਈ ਰੋਲਸ ਰੋਇਸ ਵਰਗੀ ਗੱਡੀ ਹੈ ਤਾਂ 4th ਦਿਨ ਵੀ ਲੱਗਦਾ, 4th ਦਿਨ ਵੀ ਲੱਗ ਜਾਂਦਾ, ਠੀਕ ਹੈ। ਅਤੇ ਬਾਈ ਕੀ ਪ੍ਰਾਈਸਿੰਗ ਇੱਕ ਹੁੰਦੀ ਹੈ ਐਗਜੈਕਟ, ਮੈਂ ਦੀ ਚਲੋ ਪਹੁੰਚਾਉਂਦਾ, ਮੈਂ ਆਈਡੀਅਲ ਇੱਕ ਪੁੱਛਣਾ ਚਾਹੁੰਦਾ ਵੀ ਕੀ ਪ੍ਰਾਈਸ? ਉਹ ਬੇਸਿਕਲੀ ਡਿਪੈਂਡ ਕਰਦਾ, ਅਗਰ ਤੁਸੀਂ ਇੰਡੀਅਨ ਫਿਲਮ ਲਗਾਉਣੀ ਹੈ ਤਾਂ ਚਾਈਨੀਜ਼ ਅਸੀਂ ਕਰਦੇ ਨਹੀਂ, ਇੰਡੀਅਨ ਫਿਲਮ ਲਗਾਉਣੀ ਹੈ ਤਾਂ 60-65 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ, ਅਗਰ ਅਮੈਰੀਕਨ ਫਿਲਮ ਲਗਾਉਣੀ ਹੈ ਤਾਂ 75 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ, ਅਗਰ ਜਰਮਨ ਫਿਲਮ ਲਗਾਉਣੀ ਹੈ ਤਾਂ 85 ਹਜ਼ਾਰ ਤੋਂ ਸ਼ੁਰੂ, ਸਾਰੇ ਬ੍ਰਾਂਡਸ ਅਵੇਲੇਬਲ ਹੈ, ਕਹਿਣ ਦਾ ਸਭ ਕੁਝ ਹੀ ਮਿਲਦਾ, ਬਿਲਕੁਲ ਬਿਲਕੁਲ, ਤੁਹਾਡੇ ਬਜਟ ਦੇ ਹਿਸਾਬ ਨਾਲ ਸਾਰੇ ਰਿਨੋਨਡ ਬ੍ਰਾਂਡ ਸਾਡੇ ਕੋਲ ਅਵੇਲੇਬਲ ਹੈ। ਕੋਟਿੰਗ, ਕੋਟਿੰਗ ਜਿਹੜੀ ਹੈ ਉਹ ਡਿਪੈਂਡ, ਕਿਉਂਕਿ ਅਸੀਂ ਸਾਰੀ ਅਮੈਰੀਕਨ ਕੋਟਿੰਗ ਹੀ ਯੂਜ਼ ਕਰਦੇ ਹਾਂ, ਅਸੀਂ ਆਥੋਰਾਈਜ਼ਡ ਫਿਟਮੈਂਟ ਸੈਂਟਰ ਹੈਗੇ ਹਾਂ, ਅਤੇ ਉਹਦੇ ਵਿੱਚ ਤੁਸੀਂ ਮੰਨ ਲਓ ਕਿ ਅਗਰ ਸਿੰਗਲ ਈਅਰ ਦੀ ਕੋਟਿੰਗ ਕਰਾਉਣੀ ਹੈ ਕੋਈ 10 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ, ਤਾਂ ਅੱਗੇ ਵੱਧਦੇ ਵੱਧਦੇ ਪੈਕੇਜ ਜਿੱਦਾਂ 3 ਸਾਲ ਦੀ ਵਾਰੰਟੀ ਦੇ ਨਾਲ 25 ਹਜ਼ਾਰ ਦੀ ਕੋਸਟਿੰਗ ਆਉਂਦੀ ਹੈ, 5 ਸਾਲ ਦੀ ਕੋਟਿੰਗ ਦੇ ਨਾਲ 30 ਹਜ਼ਾਰ ਦੀ ਕੋਸਟਿੰਗ ਆਉਂਦੀ ਹੈ, ਡਿਪੈਂਡਿੰਗ ਔਨ ਦਾ ਸਾਈਜ਼ ਆਫ ਦਾ ਵਹੀਕਲ ਐਜ਼ ਵੈਲ। ਅੱਛਾ, ਇੱਥੇ ਸੈਗਮੈਂਟ ਵੰਡੇ ਹੋਏ ਦਾ, ਸਡਾਨ ਆ ਜਾਂਦੀ ਹੈ, SUV ਆ ਜਾਂਦੀ ਹੈ, ਹਾਂਜੀ, ਮਿੰਨੀ SUV ਆ ਜਾਂਦੀ ਹੈ, ਹੈ ਨਾ, ਉਹ ਸਿਸਟਮ ਹੈ ਇਹ। ਬਾਈ ਜਸਟ ਮੈਂ ਚਾਹੁੰਦਾ ਤੁਸੀਂ ਕਾਲ 'ਤੇ ਗੱਲ ਕਰ ਲਿਓ, ਮੈਂ ਨੰਬਰ ਮੈਂਸ਼ਨ ਕੀਤਾ ਹੋਇਆ ਸਾਰਾ ਬਾਕੀ
ਤੁਹਾਨੂੰ ਇਨਕੁਆਇਰੀਜ਼ ਉੱਥੋਂ ਮਿਲ ਜਾਣਗੀਆਂ ਆਲ ਓਵਰ ਇੰਡੀਆ, ਇਹਨਾਂ ਦੇ ਕਾਫੀ ਜ਼ਿਆਦਾ ਸਟੋਰਸ ਜਿਹੜੇ ਨੇ ਅਵੇਲੇਬਲ ਆ, ਕਿਉਂਕਿ ਆਪਣੇ ਆਪ 'ਚ ਇੱਕ ਬਹੁਤ ਤਕੜਾ ਬ੍ਰਾਂਡ ਹੈ। ਅਤੇ ਦੂਜੀ ਜਿਹੜੀ ਕਲੈਬੋਰੇਸ਼ਨ ਹੋਈ ਹੈ ਇਹ ਵੀ ਇੱਕ ਬਹੁਤ ਤਕੜੀ ਗੱਲ ਹੈ, ਕਿਉਂਕਿ ਰੋਇਲ ਲਿਮੋਸ ਜਿਹੜਾ ਉਹ ਇੱਕ ਬਹੁਤ ਤਕੜਾ ਬ੍ਰਾਂਡ ਆ ਪੰਜਾਬ ਦੇ ਵਿੱਚ, ਇੰਡੀਆ 'ਚ ਵੀ, ਕਿਉਂਕਿ ਉਹਨਾਂ ਕੋਲ ਸਾਰੇ ਲਗਜ਼ਰੀ ਸੈਗਮੈਂਟ ਨੇ। ਅਤੇ ਬਈ ਆਪਣੀ ਟਾਈਮਿੰਗਸ ਵਗੈਰਾ ਕੀ ਨੇ? ਅਤੇ ਆਪਾਂ 7 ਡੇਜ਼ ਓਪਨ ਆ, ਅਸੀਂ 7 ਤੋਂ 7 ਦਿਨ ਖੁੱਲਦੇ ਹੈਗੇ ਹਾਂ। ਸਾਡਾ ਵੀ ਆਰ ਪੰਜਾਬ ਮਾਲ ਦੇ ਅੰਦਰ ਮੋਹਾਲੀ ਦੇ ਅੰਦਰ ਸ਼ੋਰੂਮ ਹੈ ਇੱਥੇ, ਅਤੇ ਬੇਸਮੈਂਟ 'ਚ ਸਾਡਾ ਵਾਸ਼ਿੰਗ ਸੈਂਟਰ ਹੈ, ਗਰਾਊਂਡ ਫਲੋਰ 'ਤੇ ਸਾਡਾ ਡਿਟੇਲਿੰਗ ਸੈਂਟਰ ਹੈ। 7 ਡੇਜ਼ 11 to 9 ਸਟੋਰ ਓਪਨ ਹੁੰਦਾ, ਠੀਕ ਹੈ। ਬਾਕੀ ਜਰਾ ਡਿਟੇਲ ਤੁਸੀਂ ਕਾਲ ਕਰ ਲਿਓ, ਤਾਂ ਥੈਂਕ ਯੂ ਸੋ ਮਚ ਬਾਈ, ਫਸਟ ਆਫ ਆਲ ਵੈਲਕਮ ਬਾਈ। ਅਤੇ ਵਧੀਆ ਲੱਗਿਆ ਚਲੋ ਏਡਾ ਤਕੜਾ ਸੈਗਮੈਂਟ, ਸਾਨੂੰ ਵੀ ਸਾਡੇ ਥਰੂ ਵਿਊਵਰਸ ਨੂੰ ਪਤਾ ਲੱਗਿਆ ਵੀ ਆਪਾਂ ਇਸ ਲੈਵਲ ਤੱਕ ਹੈ ਨਾ, ਲਾਈਕ ਕੋਟਿੰਗਸ ਵਗੈਰਾ ਸਾਰਾ ਕੁਛ ਚੱਲ ਰਿਹਾ, ਕਿਉਂਕਿ ਇਹ ਚੀਜ਼ਾਂ ਹੈਗੀਆਂ ਸੀ। ਅਤੇ ਇਸ ਕਰਕੇ ਬਾਈ ਇਹ ਸਾਰਾ ਸੀਗਾ ਸੈਗਮੈਂਟ ਸਾਡੇ ਜਿਹੜਾ ਤੁਹਾਨੂੰ ਦਿਖਾਉਣ ਵਾਲਾ ਸੀ। ਰੋਇਲ ਲਿਮੋਸ ਟ੍ਰੇਲਿੰਗ ਬਿਲ ਦੇ ਵਿੱਚ ਕਲੈਬੋਰੇਸ਼ਨ ਹੋਈ ਹੈ, ਕਿਉਂਕਿ ਉਹਨਾਂ ਦੀਆਂ ਗੱਡੀਆਂ ਵੀ ਲਗਜ਼ਰੀ ਸੀ, ਇਹ ਵੀ ਇੱਕ ਲਗਜ਼ਰੀ ਗੱਡੀਆਂ ਨੂੰ ਮੇਨਟੇਨ ਕਰਨ ਦਾ ਕੰਮ ਕਰਦੇ ਨੇ। ਅਤੇ ਉਮੀਦ ਹੈ ਕਿ ਤੁਸੀਂ ਵੀ ਇਸ ਚੀਜ਼ ਦਾ ਫਾਇਦਾ ਲਓਗੇ। ਰੋਇਲ ਲਿਮੋ ਤੁਹਾਨੂੰ ਰੈਂਟਲ ਕਾਰਜ ਵਾਸਤੇ, ਵੈਡਿੰਗ ਕਾਰਜ ਵਾਸਤੇ, ਜਿੱਦਾਂ ਦੀ ਵੀ ਕੋਈ ਚਾਹੋ ਤੁਹਾਨੂੰ ਅਵੇਲੇਬਿਲਟੀ ਦੇ ਦੇਣਗੇ ਕਰਕੇ। ਅਤੇ ਇੱਥੇ ਤੁਹਾਨੂੰ ਕੋਟਿੰਗਸ ਮਿਲ ਜਾਣਗੀਆਂ, PPF ਮਿਲ ਜੂਗੀ, ਜਿੱਦਾਂ ਦੀ ਵੀ ਤੁਸੀਂ ਕਰਾਉਣੀ ਚਾਹੋਗੇ। ਅਤੇ ਬਹੁਤ ਹੀ ਵਧੀਆ ਲਾਈਕ ਹੈ ਸਾਡਾ ਵਲੋਗ ਰਿਹਾ, ਉਮੀਦ ਹੈ ਕੋਈ ਚੀਜ਼ ਕਮੀ ਰਹਿ ਗਈ ਤੁਸੀਂ ਉਹਦੇ ਲਈ ਉਹਨੂੰ ਕੰਟੈਕਟ ਕਰ ਲਿਓ। ਮਿਲਦੇ ਹਾਂ ਹੋਰ ਇੱਦਾਂ ਨਵੇਂ ਵਲੋਗਸ ਲੈ ਕੇ, ਅਤੇ ਤੁਸੀਂ ਚੈਨਲ ਜ਼ਰੂਰ ਸਾਡਾ ਫੋਲੋ ਕਰ ਲਿਓ ਫੋਰ ਮੋਰ ਅਪਡੇਟਸ। ਕੁਛ ਰੀਲਸ ਪਾ ਰਹੇ ਹਾਂ ਅਸੀਂ, ਅਤੇ ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵਲੋਗ। ਅਤੇ ਚੈਨਲ ਜ਼ਰੂਰ ਫੋਲੋ ਕਰ ਲਿਓ। ਬਾਏ, ਟੇਕ ਕੇਅਰ।